ਜੀ ਸਵੇਰੇ ਅਸੀਂ ਗਏ ਸੀ ਨਾ ਜੋ ਕਵਰੇਜ ਕਰਨ ਗਏ ਮੈਂ ਮੋਟਰ ਖੜਾ ਕਰਕੇ ਉਤਰਿਆ ਜੀ ਆਈਡੀ ਆਪਦੀ ਲੈ ਕੇ ਪੀਟੀਸੀ ਜਿਹੜੀ ਆਈਡੀ ਮੇਰੇ ਕੋਲ ਸੀਗਾ ਉਧਰੋਂ ਮੁਲਾਜ਼ਮ ਆਏ ਜੀ ਉਹਨਾਂ ਆਣ ਕੇ ਨਾ ਮੇਰੀ ਡਾਂਗ ਮਾਰੀ ਜਿਹੜੀ ਮੇਰੀ ਆਈਡੀ ਸੀ ਉਹ ਥੱਲੇ ਡੈਪ ਜੀ ਬਾਅਦ ਮੈਂ ਆਪਦਾ ਮੋਬਾਈਲ ਕੱਢਿਆ ਜੀ ਮੋਬਾਈਲ ਕੱਢ ਕੇ ਵੀਡੀਓ ਬਣਾਉਣ ਲੱਗਾ ਤਾਂ ਫਿਰ ਉਹਨਾਂ ਆਣ ਕੇ ਮੇਰੀ ਡਾਂਗ ਮਾਰੀ ਚਾਰ ਪੰਜ ਡਾਂਗ ਮਾਰੀਆਂ ਜੀ ਬਹੁਤ ਦੋ ਹੱਥ ਤੇ ਵੱਜੀ ਹੈ ਇੱਕ ਇਹ ਇੰਫੈਕਟ ਹੋ ਗਿਆ ਜ਼ਿਆਦਾ ਟੁੱਟ ਗਈਆਂ ਹੱਡੀਆਂ ਦੋ ਉਂਗਲਾਂ ਦੀਆਂ ਇਹ ਕਿ ਕੈਮਰਾਮੈਨ ਦੀਆਂ ਜਿਹੜੀਆਂ ਦੋ ਉਂਗਲਾਂ ਜਿਹੜੀਆਂ ਉਹ ਟੁੱਟ ਗਈਆਂ ਵਾ ਜੋ ਕਿ ਪੁਲਿਸ ਦੀ ਜਿਹੜੀ ਸ਼ਰੇਆਮ ਉੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ ਇਸ ਨੂੰ ਨਿਆਂ ਚਾਹੀਦਾ ਜਿਹੜੇ ਪੁਲਿਸ ਮੁਲਾਜ਼ਮ ਵੱਲੋਂ ਗੁੰਡਾਗਰਦੀ ਕੀਤੀ ਗਈ ਸ਼ਰੇਆਮ ਲੋਹੇ ਦੀ ਡਾਂਗ ਵਰਤੀ ਗਈ ਜਿਹੜੀ ਕਿ ਬੈਣ ਵਾ ਪੰਜਾਬ ਪੁਲਿਸ ਦੇ ਵਿੱਚ ਬੈਂਤ ਦੀ ਜਿਹੜੀ ਡਾਂਗ ਆ ਉਹ ਵਰਤ ਸਕਦੀ ਆ ਕਿਉਂਕਿ ਉਹ ਜਦੋਂ ਹੱਡੀ ਤੇ ਵੱਜਦੀ ਜੰਪ ਕਰਦੀ ਆ ਉਹ ਲਾਸ਼ ਪਾ ਦਿੰਦੀ ਆ ਪਰ ਇਹ ਆ ਕਿ ਉਹ ਹੱਡੀ ਨਹੀਂ ਤੋੜ ਸਕਦੀ ਜਿਹੜੀ ਲੋਹੇ ਦੀ ਡਾਂਗ ਵਰਤੀ ਗਈ ਆ ਉਸ ਦੀ ਵੀਡੀਓ ਸਾਡੇ ਕੋਲ ਪ੍ਰੋਪਰਲੀ अगर पंजाब सरकार ने इस पत्रकार के नाल कुटमार की कोई कार्रवाई अधिकारियों से ना की तो जर्नलिस्ट प्रेस क्लब पंजाब बड़े लैवल से संघर्ष कढ़ेगा जिसकी जिम्मेवारी पंजाब सरकार की होगी। जी सवेरे अं गए ही ना जो कवरेज करने गए मैं मोटरसाइकिल खड़ा करके उतरिया जी आई डी आपकी लैके पीटीसी जी आई डी मेरे कोल हीगा तो उधरों मुलाजिम आए जी उन्होंने आण के ना मेरी डांग मारी जी मेरी आई डी ही वो थले डैपी जी बाद मैं आपका मोबाइल कढ़िया जी तो मोबाइल कट के वीडियो बनाने लगा तो फिर उन्होंने आण के मैं डांग मारी चार पाँच डांग मारिया जी बहुत दो हाथ से वजी है एक ये इनफेक्ट हो गया ज़्यादा टुट गई हड्डियाँ दो उंगलों दियाँ ठंडा होंगे कि स्वेलिंग हो गई थोड़ा दर्द भी होने लग पाया मेरे चलो धक्का मुक्की हुई बचाव आ पर यह है कि कैमरामैन दी जिहड़ी दो उंगलां जिहड़ियां वो टुट गई वा जो कि पुलिस की जिहड़ी शरेआम उत्थे गुंडागर्दी देखण नूं मिली असी इस करके चुप सीगे क्योंकि पुलिस मुलाजम का एक जिहड़ा शहीद होमगार्ड जसपाल सिंह जिहड़े आ हो गए सीगे इस करके असीं चुप सीगे कि इस चीज़ नूं असीं हाईलाइट ना किया जाए पर शाम तक जदों मीडिया नूं न्याय ना मिलिया एस एस पी वालों 14-15 वारी कहा गया कि हाँ इन्हां दा मोबाइल दिता जाए इन्हां ते पट्टी कराई जाए पर सानूं इह नहीं सी पता कि इह मेरे कैमरामैन दीआं उंगलां जिहड़ियां टुट गईआं वा पर जदों असीं इह देखिया कि हाँ भी उंगलां टुट गईआं वा और शाम तक जिहड़ा वा ਉਹ ਪੁਲਿਸ ਵੱਲੋਂ ਵੀ ਨਿਆਂ ਨਹੀਂ ਦਿੱਤਾ ਗਿਆ ਕਿਉਂਕਿ ਮੈਂ ਗੱਲ ਜਿਹੜੀ ਐਸ ਐਸ ਪੀ ਨੇ ਘੱਟੋ ਘੱਟ 15 ਵਾਰੀ ਕਿਹਾ ਹੋਣਾ ਇਹਨਾਂ ਦਾ ਮੋਬਾਈਲ ਲਿਆਣ ਕੇ ਦਿਓ ਔਰ ਉਸ ਤੋਂ ਬਾਅਦ ਅਸੀਂ ਰਾਜਪਾਲ ਸੰਧੂ ਜੀ ਜਿਹੜੇ ਡੀ ਆਈ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਮੈਂ ਜੋ ਜ਼ਿੰਮੇਵਾਰ ਹਾਂ ਮੈਂ ਫੋਨ ਤੁਹਾਡਾ ਲੈ ਕੇ ਦਊਂਗਾ ਔਰ ਮੈਂ ਉਹਨਾਂ ਨੂੰ ਹੱਥ ਵੀ ਦਿਖਾਇਆ ਮੈਂ ਕਿਹਾ ਆਹ ਗੁੰਡਾਗਰਦੀ ਕੀਤੀ ਆ ਮੀਡੀਆ ਦੇ ਨਾਲ ਪੁਲਿਸ ਨੇ ਔਰ ਉਹਦੀ ਫੋਟੋ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਡਾਂਗਾ ਮਾਰੀਆਂ ਸੀ ਉਹਨੂੰ ਐਸ ਐਸ ਪੀ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹਨੇ ਦੱਸਿਆ ਕਿ ਮੋਬਾਈਲ ਕਿਹਦੇ ਕੋਲੋਂ ਕਹਿੰਦੇ ਹਾਂਜੀ ਡਾਂਗਾ ਮਾਰੀਆਂ ਵਾ ਪਰ ਇਹ ਕਿ ਪੇਸ਼ ਕਿੱਥੇ ਕੀਤਾ ਉਸ ਤੋਂ ਬਾਅਦ ਫਿਰ ਵੀ ਮੋਬਾਈਲ ਨਹੀਂ ਮਿਲਿਆ ਨਿਆਂ ਨਹੀਂ ਮਿਲਿਆ ਇਸ ਕਰਕੇ ਜਿਹੜੀ ਉੱਥੇ ਮੀਡੀਆ ਦੇ ਨਾਲ ਸ਼ਰੇਆਮ ਗੁੰਡਾਗਰਦੀ ਦਾ ਸ਼ਬਦ ਮੈਂ ਤਾਂ ਕਹਿੰਦਾ ਕਿਉਂਕਿ ਜਦੋਂ ਉਹਨਾਂ ਨੂੰ ਦੱਸਿਆ ਕਿ ਹਾਂ ਵੀ ਪੀ ਟੀ ਸੀ ਦੀ ਆਈ ਡੀ ਹੱਥ ਦੇ ਵਿੱਚ ਫੜੀ ਹੋਈ ਆ ਉਸ ਦੇ ਬਾਵਜੂਦ ਜਦੋਂ ਪੁਲਿਸ ਜਿਹੜੀ ਗੁੰਡਾਗਰਦੀ ਕਰਦੀ ਆ ਇਹਦਾ ਮਤਲਬ ਜਾਣ ਬੁੱਝ ਕੇ ਠੀਕ ਹੈ ਜੀ ਅਸੀਂ ਇਸ ਚੀਜ਼ ਨੂੰ ਅਸੀਂ ਐਸ ਐਸ ਪੀ ਨੂੰ ਪੁੱਛ ਲਓ ਕਿ 15 ਵਾਰੀ ਘੱਟੋ ਘੱਟ ਐਸ ਐਸ ਪੀ ਨੇ ਕਿਹਾ ਹੋਣਾ ਔਰ ਸਾਰਾ ਧਿਆਨ 'ਚ ਲਿਆਂਦਾ ਕਿ ਅਸੀਂ ਤਾਂ ਕਿਹਾ ਕਿ ਚਲੋ ਐਸ ਐਸ ਪੀ ਫੋਨ ਦੇ ਦੇਣਗੇ ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਜਿਹੜੀ ਆ ਇਹਦੀ ਉਂਗਲਾਂ ਟੁੱਟੀਆਂ ਹੋਈਆਂ ਪਰ ਇਹ ਕਿ ਜਦੋਂ ਐਕਸਰਾ ਕਰਾਇਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹਦੀਆਂ ਉਂਗਲਾਂ ਟੁੱਟੀਆਂ ਇਸ ਦਾ ਨਿਆਂ ਚਾਹੀਦਾ ਵਾ ਸਾਨੂੰ ਉਹ ਮੋਬਾਈਲ ਵੀ ਸਾਡਾ ਵਾਪਸ ਚਾਹੀਦਾ ਔਰ ਜਿਹੜੀਆਂ ਇਹਦੀਆਂ ਉਂਗਲਾਂ ਟੁੱਟੀਆਂ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਂਗਲਾਂ ਤੋੜੀਆਂ ਵਾ ਉਹਨਾਂ ਤੇ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਪੁਲਿਸ ਉਹਨਾਂ ਦਾ ਪੱਖਪਾਤ ਕਰਦੀ ਆ ਅਸੀਂ ਕੋਰਟ ਥਰੂ ਜਾ ਕੇ ਜਿਹੜਾ ਉਹ ਲੜਾਈ ਕਾਨੂੰਨੀ ਲੜਾਈ ਲੜਾਂਗੇ ਆਫਸਰ ਕੀ ਕਹਿ ਰਹੇ ਹੋ ਤੁਹਾਨੂੰ ਫੋਲਾ ਵੀ ਆ ਰਹੀਆਂ ਆਫਸਰਾਂ ਵੱਲੋਂ ਮੈਨੂੰ ਫੋਨ ਕੀਤਾ ਗਿਆ ਕਹਿੰਦੇ ਕਿ ਜੇ ਤੁਹਾਡਾ ਜਿਹੜਾ ਫੋਨ ਵਾ ਉਹ ਜਿਹੜਾ ਵਾ ਉਹਦੀ ਅਸੀਂ ਜਿਹੜੀ ਪੇਮੈਂਟ ਜਿਹੜੀ ਉਹ ਅਸੀਂ ਕਰ ਦਿੰਨੇ ਆ ਅਸੀਂ ਕਿਹਾ ਅਸੀਂ ਪੈਸੇ ਲੈਣ ਦੇ ਭੁੱਖੇ ਨਹੀਂਗੇ ਸਾਨੂੰ ਨਿਆਂ ਚਾਹੀਦਾ ਸਾਨੂੰ ਉਹੀ ਮੋਬਾਈਲ ਚਾਹੀਦਾ ਜਿਹੜਾ ਸਾਡਾ ਮੋਬਾਈਲ ਜ਼ਬਤ ਕੀਤਾ
ਉਹੀ ਤੇ ਔਰ ਇਸ ਨੂੰ ਨਿਆ ਚਾਹੀਦਾ ਜਿਹੜੇ ਪੁਲਿਸ ਮੁਲਾਜ਼ਮ ਵੱਲੋਂ ਗੁੰਡਾਗਰਦੀ ਕੀਤੀ ਗਈ ਸ਼ਰੇਆਮ ਲੋਹੇ ਦੀ ਡਾਂਗ ਵਰਤੀ ਗਈ ਜਿਹੜੀ ਕਿ ਬੈਨ ਵਾ ਪੰਜਾਬ ਪੁਲਿਸ ਦੇ ਵਿੱਚ ਬੈਂਤ ਦੀ ਜਿਹੜੀ ਡਾਂਗ ਆ ਉਹ ਵਰਤ ਸਕਦੇ ਆ ਕਿਉਂਕਿ ਉਹ ਜਦੋਂ ਹੱਡੀ ਤੇ ਵੱਜਦੀ ਜੰਪ ਕਰਦੀ ਆ ਉਹ ਲਾਸ਼ ਪਾ ਦਿੰਦੀ ਆ ਪਰ ਇਹ ਆ ਕਿ ਉਹ ਹੱਡੀ ਨਹੀਂ ਤੋੜ ਸਕਦੀ ਜਿਹੜੀ ਲੋਹੇ ਦੀ ਡਾਂਗ ਵਰਤੀ ਗਈ ਆ ਉਸ ਦੀ ਵੀਡੀਓ ਆ ਸਾਡੇ ਕੋਲ ਪ੍ਰੋਪਰਲੀ ਔਰ ਉਹ ਡਾਂਗ ਜਿਹੜੀ ਵਰਤੀ ਗਈ ਉਹਦੇ ਨਾਲ ਜਿਹੜੀਆਂ ਦੋ ਉਂਗਲਾਂ ਜਿਹੜੀਆਂ ਫੈਕਚਰ ਆਈਆਂ ਉਹਨਾਂ ਤੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਸਾਡਾ ਜਿਹੜਾ ਮੀਡੀਆ ਵਾ ਇੰਚਾਰਜ ਵਾ ਔਰ ਮੀਡੀਆ ਵੱਲੋਂ ਜਿਹੜਾ ਰਲ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਇਸ ਨੂੰ ਹਾਈਲਾਈਟ ਕੀਤਾ ਜਾਊਗਾ ਔਰ ਦਿੱਲੀ ਜਿਹੜੇ ਅਸੀਂ ਜਿਹੜੀ ਇੰਡੀਆ ਪ੍ਰੈਸ ਕੌਂਸਲ ਆ ਉਹਨਾਂ ਵੱਲੋਂ ਜਿਹੜੀ ਆ ਇੰਡੀਆ ਗਵਰਨਮੈਂਟ ਨੂੰ ਸ਼ਿਕਾਇਤ ਵੀ ਕੀਤੀ ਗਈ ਆ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਜੋ ਕਿ ਅੱਜ ਸਵੇਰੇ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਗੋਲੀਬਾਰੀ ਦੀ ਕਵਰੇਜ ਕਰਦੇ ਹੋਏ ਚਰਨਜੀਤ ਸਿੰਘ ਢਿੱਲੋਂ PTC ਦੇ ਸੀਨੀਅਰ ਪੱਤਰਕਾਰ ਦੇ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਅਤੇ ਕੁੱਟਮਾਰ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਨਾਲ ਹੀ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੌਕੇ 'ਤੇ ਜਿਹੜੀ ਘਟਨਾ ਹੋਈ ਹੈ ਉਸ ਦੇ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਮੌਕੇ 'ਤੇ SSP DSP ਅਤੇ ਹੋਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਅੱਜ ਦੀ ਜੋ ਅੱਜ ਜਿਹੜੀ ਘਟਨਾ ਵਾਪਰੀ ਹੈ ਬਹੁਤ ਹੀ ਮਦਭਾਗੀ ਹੈ ਮੈਂ ਇਸ ਨੂੰ ਖਾਸ ਕਰਕੇ ਜਿਹੜੀ ਅੱਜ ਸੁਲਤਾਨਪੁਰ ਲੋਧੀ ਵਿੱਚ ਇੱਕ ਸ਼ਹੀਦ ਹੋਏ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੇ ਲਈ ਮੈਂ ਸੁਲਤਾਨਪੁਰ ਲੋਧੀ ਅਤੇ ਜ਼ਿਲ੍ਹਾ ਪੁਲਿਸ ਨੂੰ ਇਸ ਦੇ ਮੈਂ ਦੋਸ਼ੀ ਕਰਾਰ ਦਿੰਦਾ ਹਾਂ ਅਗਰ ਪੁਲਿਸ ਅਧਿਕਾਰੀ ਚਾਹੁੰਦੇ ਤਾਂ 2 ਦਿਨ ਤੋਂ ਹੀ ਇਸ ਮਾਮਲੇ ਨੂੰ ਬੈਠ ਕੇ ਸੁਲਝਾ ਸਕਦੇ ਸੀ ਮਗਰ ਉਹਨਾਂ ਨੇ ਇਸ ਮਾਮਲੇ ਨੂੰ ਤੂਲ ਦਿੰਦੇ ਹੋਏ ਅੱਜ ਪਹਿਲਾਂ ਨਿਹੰਗ ਸਿੰਘਾਂ 'ਤੇ ਹਮਲਾ ਕੀਤਾ ਉਸ ਤੋਂ ਬਾਅਦ ਉਹਨਾਂ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਇਸ ਲਈ ਮੈਂ ਇਸ ਨੂੰ ਪੰਜਾਬ ਪੁਲਿਸ ਦੀ ਅਣਗਹਿਲੀ ਦੱਸਦਾ ਹਾਂ ਕਿ ਇਹ ਜਿਹੜੀ ਹੈ ਪੰਜਾਬ ਪੁਲਿਸ ਦੀ ਬਹੁਤ ਵੱਡੀ ਨਾਕਾਮੀ ਹੈ ਜਿਨ੍ਹਾਂ ਨੇ ਇੱਕ ਪੰਜਾਬ ਦਾ ਸੁਲਤਾਨਪੁਰ ਲੋਧੀ ਦਾ ਇੱਕ ਹੀਰਾ ਨੌਜਵਾਨ ਗੁਆ ਦਿੱਤਾ ਹੈ ਇਸ ਲਈ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਅੱਜ ਦੀ ਇਸ ਗੋਲੀਬਾਰੀ ਲਈ ਸੁਲਤਾਨਪੁਰ ਲੋਧੀ ਜ਼ਿਲ੍ਹਾ ਪੁਲਿਸ ਲਈ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਦੀ ਮੈਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਕਿ ਪੱਤਰਕਾਰਾਂ ਦੇ ਨਾਲ ਕੁੱਟਮਾਰ ਕੀਤੀ ਬਹੁਤ ਹੀ ਮਦਭਾਗੀ ਘਟਨਾ ਹੈ ਕਿਉਂਕਿ ਜਿਹੜਾ ਮੀਡੀਆ ਹੈ ਉਹ ਇੱਕ ਲੋਕਤੰਤਰ ਦਾ ਚੌਥਾ ਥੰਮ ਹੈ ਮੀਡੀਆ ਇੱਕ ਪਬਲਿਕ ਅਤੇ ਮੀਡੀਆ ਦੌਰਾਨ ਇੱਕ ਪੁੱਲ ਦਾ ਕੰਮ ਕਰਦਾ ਹੈ ਅਗਰ ਇੱਕ ਮੀਡੀਆ ਹੀ ਹੈ ਜਿਸ ਨੇ ਪਬਲਿਕ ਦੀ ਗੱਲਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਹੈ ਅਗਰ ਮੀਡੀਆ ਦੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਵੇਗਾ ਤਾਂ ਇਸ ਲਈ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਗਰ ਪੰਜਾਬ ਸਰਕਾਰ ਨੇ ਇਸ ਪੱਤਰਕਾਰ ਦੇ ਨਾਲ ਕੁੱਟਮਾਰ ਦੀ ਕੋਈ ਕਾਰਵਾਈ ਅਧਿਕਾਰੀਆਂ 'ਤੇ ਨਾ ਕੀਤੀ ਤਾਂ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਵੱਡੇ ਲੈਵਲ 'ਤੇ ਸੰਘਰਸ਼ ਕੱਢੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਧੰਨਵਾਦ